ਆਮ ਆਦਮੀ ਪਾਰਟੀ ਦਾ ਅੰਦਰੂਨੀ ਕਲੇਸ਼ ਲਗਾਤਾਰ ਵਧਦਾ ਜਾ ਰਿਹਾ। ਬਰਨਾਲਾ ਪਹੁੰਚੇ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵਿਰੁੱਧ ਫਿਰ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ। ਉਹਨਾਂ ਕਿਹਾ ਕਿ ਮਾਨ ਮੇਰੇ ਬਾਰੇ ਰੋਜ਼ਾਨਾ ਬਿਆਨ ਬਦਲਦੇ ਨੇ, ਉਹ ਇੱਕ ਵਾਰ ਸਪਸ਼ਟ ਕਰਨ ਕਿ ਆਖਿਰਕਾਰ ਉਹ ਕਿਹੜੀ ਕਾਰਵਾਈ ਅੰਜਾਮ 'ਚ ਲਿਆਉਣਾ ਚਾਹੁੰਦੇ ਨੇ। ਖਹਿਰਾ ਨੇ ਸਾਫ਼ ਕੀਤਾ ਕਿ 16 ਸਤੰਬਰ ਨੂੰ ਖਹਿਰਾ ਧੜੇ ਵੱਲੋਂ ਸੰਗਰੂਰ 'ਚ ਪਾਰਟੀ ਕਨਵੈਨਸ਼ਨ ਕੀਤੀ ਜਾਵੇਗੀ। 500 ਬੰਦੇ ਦੇ ਮੂਹਰੇ 3-4 ਆਦਮੀ ਸੀ ਜੀ, ਉਹ ਕਾਂਗਿਆਰੀ ਵੀ ਨਹੀਂ ਬਣਦੀ ਜਦੋਂ ਕਹਿੰਦੇ ਫਸਲਾਂ ਦੇ ਵਿੱਚ। ਉਹ ਇੱਕ ਮੋਟੀਵੇਟਡ ਉਹਨਾਂ ਦਾ ਕੈਂਪੇਨ ਸੀਗਾ, ਭਗਵੰਤ ਮਾਨ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ, ਆਪ ਆਣ ਕੇ ਸਾਹਮਣੇ ਗੱਲ ਕਰਨੀ ਚਾਹੀਦੀ ਹੈ। ਇੱਦਾਂ ਭੇਜ ਕੇ ਕਿਸੇ ਦੇ ਖਲਲ ਪਵਾਉਣਾ ਹੋਏ ਤਾਂ ਅਸੀਂ ਵੀ ਪਵਾ ਦੇਵਾਂਗੇ ਖਲਲ, ਹਰ ਥਾਂ ਪਵਾ ਸਕਦੇ, ਪਰ ਮੈਂ ਨਾ ਹਿੰਸਾ 'ਚ ਵਿਸ਼ਵਾਸ ਰੱਖਦਾ, ਨਾ ਇੱਦਾਂ ਕਿਸੇ ਗੱਲ 'ਚ ਖਲਲ ਪਾਉਣਾ ਚਾਹੁੰਦਾ। ਬਾਅਦ ਦਲੀਲ ਗੱਲ ਕਰੀਏ, ਸਾਡੀ ਦਲੀਲ ਸਿਰਫ ਇੰਨੀ ਆ ਕਿ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਾਲੰਟੀਅਰਸ ਨੂੰ ਪੰਜਾਬ ਦੀ ਤਕਦੀਰ ਦਾ ਫੈਸਲਾ ਕਰਨ ਦਾ ਅਧਿਕਾਰ ਪੰਜਾਬ ਦੀ ਧਰਤੀ 'ਤੇ ਹੋਣਾ ਚਾਹੀਦਾ। ਬਸ ਉਹ ਮੁਦਈ ਬਣੇ ਹੋਏ ਨੇ ਦਿੱਲੀ ਦਾ, ਬਸ ਅੰਤਰ ਇੰਨਾ ਹੋ ਸਰ ਜੀ। ਹੁਣ ਆਪਣੀ ਕਾਲ ਲਵਾਂਗੇ, ਸਾਡੀ ਪੋਲੀਟੀਕਲ ਅਫੇਅਰਸ ਕਮੇਟੀ ਬੈਠੇਗੀ 1-2 ਦਿਨ ਦੇ ਵਿੱਚ, ਵੀ ਵਿਲ ਟੇਕ ਅ ਕਾਲ। ਇਹ ਜਿਹੜੀਆਂ ਇਲੈਕਸ਼ਨਸ ਨੇ ਨਾ ਜੀ, ਟਰਾਈ ਟੂ ਅੰਡਰਸਟੈਂਡ, ਮੈਂ ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਰਿਹਾ ਵਾਂ, 5 ਸਾਲ ਚਾਹ ਦਾ ਕੱਪ ਵੀ ਨਹੀਂ ਕਦੀ ਪਿਲਾਇਆ ਸਰਕਾਰ ਨੇ, ਦੇ ਹੈਵ ਨਥਿੰਗ। ਜਿਹੜੀ 73ਵੀਂ 74ਵੀਂ ਸੋਧ ਸੀ ਪੰਚਾਇਤੀ ਰਾਜ ਦੀ, ਉਹ ਤਾਂ ਲਾਗੂ ਹੀ ਨਹੀਂ ਕੀਤੇ, ਅਧਿਕਾਰ ਕਿਸੇ ਨੂੰ ਦਿੱਤੇ ਹੀ ਨਹੀਂ ਗਏ। ਕੇਵਲ ਮਾੜਾ ਮੋਟਾ ਸਰਪੰਚ ਕੋ ਅਧਿਕਾਰ ਆ, ਪਰ ਉਹ ਵੀ ਸਰਪੰਚ ਜਦੋਂ ਖਾਣ ਪੀਣ ਨੂੰ ਕੋਈ ਹੋਰ ਅਤੇ ਇਨਕੁਆਇਰੀਆਂ ਮੁੜ ਕੇ ਸਰਪੰਚਾਂ ਦੀ ਹੁੰਦੀ। ਦੀਜ਼ ਇਲੈਕਸ਼ਨ ਆਰ ਕੁਆਇਟ ਮੀਨਿੰਗਲੈਸ, ਬਟ ਸਟਿਲ ਅਸੀਂ ਆਪਣੀ ਕਾਲ ਲੈ ਕੇ ਅਤੇ ਦੇਖਾਂਗੇ। ਨਹੀਂ ਤਾਂ ਇੱਕ ਗੱਲ ਤਾਂ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਮੈਂ ਕਿ ਘੱਟੋ ਘੱਟ ਸ਼ਰਾਬ ਲੈ ਕੇ ਵੋਟ ਨਾ ਪਾਓ, ਪੈਸੇ ਲੈ ਕੇ ਵੋਟ ਨਾ ਪਾਓ, ਚੰਗੇ ਬੰਦਿਆਂ ਨੂੰ, ਸਾਫ਼ ਸੁਥਰੇ ਅਕਸ ਵਾਲਿਆਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਆਪਣੇ ਮੈਂਬਰ ਬਣਾਓ।